ਹਾਂਜੀ ਰੈਡੀ ਸਟਾਰਟ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਹਰ ਜਮਾਤ ਦਾ ਨਮਾਸਾਲ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਡੈਂਡੀ ਸਾਰੇ ਸਾਲ ਵਿੱਚ ਜੋ ਕੁਝ ਬੱਚਿਆਂ ਨੇ ਸਿੱਖਿਆ ਹੁੰਦਾ ਹੈ ਉਸ ਦਾ ਮੁਲਾਂਕਣ ਕਰਕੇ ਉਹਨਾਂ ਨੂੰ ਅਗਲੀ ਜਮਾਤ ਵਿੱਚ ਪੇਜ ਦਿੱਤਾ ਜਾਂਦਾ ਹੈ ਡੈਂਡੀ ਪੰਜਾਬ ਸਰਕਾਰ ਨੇ ਸਿੱਖਿਆ ਸਬੰਧੀ ਸਕੂਲ ਐਜੂਕੇਸ਼ਨ ਬੋਰਡ ਦੀ ਸਥਾਪਨਾ ਕੀਤੀ ਹੋਈ ਹੈ ਜੋ ਕਿ ਬੱਚਿਆਂ ਦੀ ਯੋਗਤਾ ਪਰਖ ਕੇ ਉਹਨਾਂ ਨੂੰ ਸਰਟੀਫਿਕੇਟ ਦਿੰਦਾ ਹੈ ਡੈਂਡੀ ਇਹ ਪੱਦਰ ਹਨ 5ਵੀਂ 8ਵੀਂ ਤੇ 10ਵੀਂ ਡੈਂਡੀ 8ਵੀਂ ਅਤੇ 10ਵੀਂ ਦੀਆਂ ਪ੍ਰੀਖਿਆਵਾਂ ਦਾ ਕੰਮ ਬਧੀਰੇ ਹੋਣ ਕਰਕੇ ਤੇ ਸਹੀ ਮੁਲਾਂਕਣ ਕਰਨ ਕਰਕੇ ਇਹਨਾਂ ਕਿਲਾਸਾਂ ਦੇ ਨਤੀਜੇ ਵਿੱਚ ਦੇਰ ਹੁੰਦੀ ਹੈ ਡੈਂਡੀ ਪੰਜਵੀਂ ਤੱਕ ਦੀ ਪੜ੍ਹਾਈ ਪ੍ਰਾਇਮਰੀ ਸਕੂਲਾਂ ਅਤੇ 10ਵੀਂ ਤੱਕ ਦੀ ਪੜ੍ਹਾਈ ਹਾਈ ਸਕੂਲਾਂ ਵਿੱਚ ਹੁੰਦੀ ਹੈ ਡੈਂਡੀ ਕਈ ਥਾਮਾ ਤੇ 8ਵੀਂ ਤੱਕ ਪੜਾਈ ਕਰਵਾਉਣ ਵਾਲੀ ਮਿਡਲ ਸਕੂਲ ਵੀ ਹਨ ਡੈਂਡੀ ਪਹਿਲੀ ਤੀਜੀ ਚੌਥੀ ਛੇਵੀਂ ਸੱਤਵੀਂ ਅਤੇ ਨੌਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਯੋਗਤਾ ਪਰਖ ਲਈ ਉਹਨਾਂ ਦੇ ਅਧਿਆਪਕਾਂ ਦੁਆਰਾ ਮਾਰਚ ਵਿੱਚ ਪ੍ਰੀਖਿਆਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਵਾਦ ਵਿੱਚ ਇਹਨਾਂ ਪ੍ਰੀਖਿਆਵਾਂ ਦਾ ਮੁਲਾਂਕਣ ਕਰਕੇ ਨਤੀਜਾ ਤਿਆਰ ਕੀਤਾ ਜਾਂਦਾ ਹੈ ਡੈਂਡੀ ਪੈਰਾ ਆਮ ਸਕੂਲਾਂ ਵਿੱਚ ਮੁਸ਼ਕਲ ਇਹ ਪੇਸ਼ ਆਉਂਦੀ ਹੈ ਕਿ ਨਤੀਜੇ ਕਿਵੇਂ ਤਿਆਰ ਕੀਤੇ ਜਾਣ ਡੈਂਡੀ ਸਾਰੇ ਬੱਚਿਆਂ ਦਾ ਨਾ ਤਾਂ ਦਿਮਾਗ ਵਿਕਸਤ ਹੁੰਦਾ ਹੈ ਅਤੇ ਨਾ ਹੀ ਉਹ ਇੰਨੇ ਸਿਆਣੇ ਹੁੰਦੇ ਹਨ ਡੈਂਡੀ ਕੁਝ ਬੱਚੇ ਤਾਂ ਪੜ੍ਹਾਈ ਵਿੱਚ ਬਹੁਤ ਸਿਆਣੇ ਹੁੰਦੇ ਹਨ ਡੈਂਡੀ ਕੁਝ ਬੱਚੇ ਪੜ੍ਹਾਈ ਵਿੱਚ ਬਹੁਤ ਪਛੜੇ ਹੁੰਦੇ ਹਨ ਡੈਂਡੀ ਖਾਸ ਕਰਕੇ ਪਿੰਡੂ ਬੱਚਿਆਂ ਨੂੰ ਤਾਂ ਆਪਣੀ ਬੁੱਧੀ ਦਾ ਵਿਕਾਸ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ ਡੈਂਡੀ ਅਜਿਹੀ ਬੱਚਿਆਂ ਦਾ ਫੇਲ ਹੋਣਾ ਲਾਜ਼ਮੀ ਹੁੰਦਾ ਹੈ ਡੈਂਡੀ ਪਰ ਸਿੱਖਿਆ ਵਿਭਾਗ ਨੇ ਇੱਕ ਸ਼ਰਤ ਰੱਖੀ ਹੋਈ ਹੈ ਕਿ ਹਰ ਇੱਕ ਅਧਿਆਪਕ ਨੇ 75% ਪਾਸ ਨਤੀਜਾ ਕੱਢਣਾ ਹੈ ਡੈਂਡੀ ਪਰ ਜਦੋਂ ਅਧਿਆਪਕ ਨਤੀਜਾ ਤਿਆਰ ਕਰਦਾ ਹੈ ਤਾਂ ਉਸ ਦੇ ਪੰਜਾਬ ਵਿੱਚੋਂ 28 ਬੱਚੇ ਪਾਸ ਹੁੰਦੇ ਹਨ ਤੇ 22 ਫੇਲ ਡੈਂਡੀ ਇਸ ਨਤੀਜੇ ਨੂੰ 75% ਬਣਾਉਣ ਲਈ ਉਸ ਨੂੰ ਲਾਜ਼ਮੀ ਤੌਰ ਤੇ ਕੁਝ ਫੇਲ ਬੱਚਿਆਂ ਨੂੰ ਪਾਸ ਕਰਨਾ ਪੈਂਦਾ ਹੈ ਡੈਂਡੀ ਇਸ ਹਾਲਾਤ ਵਿੱਚ ਅਧਿਆਪਕ ਪੱਖਪਾਤ ਕਰ ਜਾਂਦੇ ਹਨ ਡੈਂਡੀ ਸਟਾਪ